ਕੁਟੀਆ ਬਾਬਾ ਸਿੱਧ ਜੀ ਬੇਰੀ ਵਾਲੇ ਦਰਬਾਰ ਨੂੰ ਬਲਦੇਵ ਨਗਰ ਜਲੰਧਰ ਮੇਂ ਜੇਸ਼ਠ ਮਾਸਕਾ ਜੇਸ਼ਠ ਰਵੀਵਾਰ ਬੜੀ ਹੀ ਧੂਮਧਾਮ ਐਵਮ ਸ਼ਰਧਾ ਭਾਵ ਸੇ ਬਾਬਾ ਬਾਲਕ ਨਾਥ ਜੀ ਕੀ ਚੌਂਕੀ ਲਗਾ ਕਰ ਮਨਾਇਆ ਗਿਆ, ਜਿਸ ਮੇਂ ਬਾਬਾ ਅਵਤਾਰ ਸਿੰਘ ਵ ਮੁੱਖ ਸੇਵਾਦਾਰ ਬੀਰਾ ਭਗਤ ਦੁਆਰਾ ਜੋਤੀ ਪ੍ਰਜਵਲਿਤ ਕਰ ਬਾਬਾ ਬਾਲਕ ਨਾਥ ਜੀ ਕੀ ਚੌਂਕੀ ਕਾ ਸ਼ੁਭਾਰੰਭ ਕੀਆ ਗਿਆ। ਦੋਵੇਂ ਚੌਂਕੀ ਮੇਂ ਧਾਰਮਿਕ ਗਾਇਕ ਸੁਖਪਿੰਦਰ ਹੈਪੀ ਐਂਡ ਪਾਰਟੀ ਦੁਆਰਾ ਬਾਬਾ ਜੀ ਕੀ ਮਹਿਮਾ ਕਾ ਗੁਣਗਾਨ ਕਰ ਸੰਗਤ ਕੋ ਨਿਹਾਲ ਕੀਆ ਗਿਆ। ਵਹੀਂ ਕਾਰਜਕ੍ਰਮ ਕੇ ਦੌਰਾਨ ਹਰਵੀਰ ਸਿੰਘ, ਵਿਸ਼ਾਲ ਨਾਗਰ, ਮੋਨੂ ਸ਼ਰਮਾ, ਜਸਦੀਪ ਸਿੰਘ, ਜਸ਼ਨਦੀਪ ਸਿੰਘ, ਮਾਨਵ ਸ਼ਰਮਾ, ਕਪਿਲ ਸ਼ਰਮਾ, ਸ਼ੇਰ ਸਿੰਘ, ਮਨਪ੍ਰੀਤ ਸਿੰਘ, ਸੰਜੀਵ ਕਪੂਰ ਔਰ ਮੋਹਿਤ ਵਰਮਾ ਨੇ ਉਪਸਥਿਤ ਹੋਕਰ ਬਾਬਾ ਜੀ ਕਾ ਆਸ਼ੀਰਵਾਦ ਦਿਆ। ਤੋ ਵਹੀਂ ਬੀਰਾ ਭਗਤ ਨੇ ਆਈ ਹੋਈ ਸਾਰੀ ਸੰਗਤ ਕੀ ਮਨੋਕਾਮਨਾਏ ਪੂਰਨ ਹੋਣੇ ਕੀ ਬਾਬਾ ਜੀ ਸੇ ਅਰਦਾਸ ਕੀ। ਅੰਤ ਮੇਂ ਬਾਬਾ ਜੀ ਕਾ ਲੰਗਰ ਭੰਡਾਰਾ ਵੀ ਲਗਾਇਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਤਾਰੇ
ਜਗ
Yeah.